हेलो जिन्हें भी सत्कार योग मेरे भरा साडिया मावा बैठिया ने गिया बुलाओ फतेह आखो वाहेगुरु जी का खालसा श्री वाहेगुरु जी की फतेह। एक जगारा छड़ दो बोले सो जहां आपा अज सारे दी थोनू पता भी साडी दिल्ली नाल लड़ाई है पर मैं जिवें मेरा छोटा भरा यह गल्लां बोल के गया मैं ही गल्लां बोलदा हुन्ना गल कई कौड़िया इस भरा दी भी लगिया होनिया हो सकता मेरिया भी इस तरह ही लगन। मोदी कौन है? मोदी तो सानू सब नू पता आपां गदार आ दुश्मन आ सब सानू पता भी साडी भाजपा साडी बहुत वड्डी दुश्मन है। भाजपा सरकार ने तिने काले कानून पास किए साडे किसानां नू सड़कां ते बिठाया साडियां शहीदियां पै गईयां यह सारा कुछ तुसीं देखदे हो सारा कुछ तुहानू पता ही है। पर जदों अंग्रेज पंजाब दे विच आए सी उहनां नू कौन लैके आया सीगा? कल 15 अगस्त है कल दे दिन देश आजाद होया सीगा तां फिर देश दे विचों किहने कढ़िया? अंग्रेजां नू पूरे भारत ते अंग्रेजां ने 200 साल राज करिया पंजाब ते कल्ला 98 साल राज कीता अंग्रेजां ने पर उन्होंने पंजाब दे विच कौन लैके आया? जदों महाराजा रणजीत सिंह दा राज खत्म होंदा महाराजा रणजीत सिंह चढ़ाई कर जांदे ने खालसा राज खत्म हो जांदा खालसा राज तों बाद अंग्रेजां नू पंजाब दे विच कौन लैके आया? महाराजा पटियाले वर्गे लैके आ आ जिहड़े जिन्हां दे पिछे लगे फिरदे हो आ मजीठे परिवार आ जिहड़े काली जिहड़ी काली सरकार चलाउंदे ने जिहड़े कांग्रेस सरकार चलाउंदे ने ओह अंग्रेजां नू पंजाब दे विच लैके आए। हुण जिहड़ा ओही द्वारे इतिहास दोहराया जा रहा है ਜਿਹੜੀ ਤੁਸੀਂ ਅਡਾਨੀਆਂ ਅਡਵਾਨੀਆਂ ਦੀ ਬਿਜ਼ਨਸਮੈਨਾਂ ਦੀ ਜਿਹੜਾ ਵਿਰੋਧ ਕਰਦੇ ਹੋ ਉਹਨਾਂ ਨੂੰ ਪੰਜਾਬ ਦੇ ਵਿੱਚ ਕੌਣ ਲੈ ਕੇ ਆ ਰਿਹਾ? ਮੋਦੀ ਪੂਰਾ ਭਾਰਤ ਦੇਖ ਰਿਹਾ ਹੈ ਮੋਦੀ ਪੂਰੇ ਭਾਰਤ ਦਾ ਜੋ ਕੁਝ ਕਰ ਰਿਹਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਪੰਜਾਬ ਦੇ ਵਿੱਚ ਇਹਨਾਂ ਦੀ ਦਾਖਲ ਅੰਦਾਜ਼ੀ ਕੌਣ ਕਰਾ ਰਿਹਾ ਹੈ? ਆਹੀ ਜਿਹੜੀ ਹਰਸਿਮਰਤ ਕੌਰ ਬਾਦਲ ਵਰਗੀਆਂ ਉੱਥੇ ਰਾਵਣ ਦੀਆਂ ਕਣਕ ਦੀਆਂ ਬੱਲੀਆਂ ਚੱਕੀ ਖੜੀਆਂ ਨੇਗੀਆਂ ਪਾਰਲੀਮੈਂਟ ਮੂਹਰੇ ਜਿਹੜੇ ਰਾਵਣ ਦੀਆਂ ਬੱਲੀਆਂ ਨੇ ਪਹਿਲਾਂ ਮੈਨੂੰ ਐਂ ਦੱਸੋ ਵੀ ਕਣਕ ਦੀਆਂ ਬੱਲੀਆਂ ਹੁਣ ਕਿੱਥੋਂ ਆ ਗਈਆਂ? ਆ ਗਈਆਂ ਹੁਣ ਕੋਈ ਸੀਜ਼ਨ ਹੈ ਕਣਕ ਦੀਆਂ ਬੱਲੀਆਂ ਦਾ ਜਿਹੜੇ ਉੱਥੇ ਚੱਕ ਕੇ ਡਰਾਮਾ ਕਰੀ ਜਾਂਦੇ ਨੇਗੇ? ਇਹਨਾਂ ਨੇ ਤੁਹਾਨੂੰ ਸਭ ਨੂੰ ਪਤਾ ਇੱਥੇ ਮੇਰੇ ਅਕਾਲੀ ਦਲ ਮੇਰੇ ਭਰਾ ਬੈਠੇ ਹੋਣਗੇ ਹੋ ਸਕਦਾ ਜੀ ਆਵਾਜ਼ ਵੀ ਜਾਵੇ ਇਹ ਗੱਲਾਂ ਕਰਦੇ ਨੇਗੇ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਜਿਹੜੀ ਉਹਨਾਂ ਨੇ ਹੱਕ ਜਿਹੜੀ ਕੁਰਸੀ ਛੱਡਤੀ ਉਹ ਕੁਰਸੀ ਛੜਾਈ ਨਹੀਂ ਛੱਡੀ ਨਹੀਂ ਛੜਾਈ ਗਈ ਆ ਧੌਣ ਤੇ ਗੋਡਾ ਧਰ ਕੇ ਕੁਰਸੀ ਛੜਾਈ ਗਈ ਆ। ਨਵਜੋਤ ਸਿੰਘ ਸਿੱਧੂ ਕੱਲ ਅੰਮ੍ਰਿਤਸਰ ਤੋਂ ਬੋਲਰ ਸੀ ਅੰਮ੍ਰਿਤਸਰ ਸਾਹਿਬ ਤੋਂ ਕਹਿੰਦਾ ਜਦੋਂ 2022 ਦੇ ਵਿੱਚ ਸਾਡੀ ਸਰਕਾਰ ਬਣੂਗੀ ਅਸੀਂ ਜਿਹੜੇ ਅਸੀਂ ਮਤਾ ਪਾਵਾਂਗੇ ਵਿਧਾਨ ਸਭਾ ਦੇ ਵਿੱਚ ਅਸੀਂ ਪਹਿਲਾਂ ਜਿਹੜਾ ਜਿਹੜੇ ਖੇਤੀ ਕਾਨੂੰਨਾਂ ਦਾ ਇਹਨਾਂ ਦਾ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਬਾਈਕਾਟ ਕਰਾਂਗੇ ਵਿਧਾਨ ਸਭਾ ਦੇ ਵਿੱਚ। ਨਵਜੋਤ ਸਿੰਘ ਸਿੱਧੂ ਨੂੰ ਮੈਂ ਪੁੱਛਣਾ ਚਾਹੁੰਦਾ ਆ ਹੁਣ ਜਿੰਨੇ ਚੋਰ ਚਪਟੇ ਸਾਰੇ MLA ਤੇਰੇ ਨਾਲ ਨੇ ਪੰਜਾਬ ਦੇ ਤੂੰ ਹੁਣੀ ਜਿਹੜੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਦੇ ਹੁਣੀ ਤਿੰਨੇ ਕਾਲੇ ਕਾਨੂੰਨ ਇੱਥੋਂ ਖਾਰਜ ਕਰ ਦੇ ਵੀ ਅਸੀਂ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣ ਦੇਵਾਂਗੇ ਹੁਣੀ ਮਤਾ ਪਾਓ। ਕੱਲਾ ਮੋਦੀ ਪਿੱਛੇ ਲੱਗੇ ਪਏ ਹੋ ਲਾਂਗਰ ਚੱਕੀ ਫਿਰਦੇ ਨੇ ਪਿੰਡਾਂ ਦੇ ਵਿੱਚ ਜੇ ਅੱਜ ਅੰਦੋਲਨ ਠੰਡਾ ਪਿਆ 2022 ਦੇ ਵੋਟਾਂ ਹੋ ਦੀ ਗੱਲ ਹੋ ਰਹੀ ਹੈ ਜਿੱਥੇ ਕਿ ਪਹਿਲਾਂ ਬੱਚਾ ਬੱਚਾ ਅੰਦੋਲਨ ਦੀ ਗੱਲ ਕਰਦਾ ਸੀਗਾ ਅੱਜ ਹਰ ਇੱਕ ਪਿੰਡ ਦੇ ਵਿੱਚ ਵੋਟਾਂ ਦੀ ਗੱਲ ਹੋਈ ਜਾਂਦੀ ਹੈ। ਚੈਨਲ ਵਾਲੇ ਕੀ ਕਰ ਰਹੇ ਨੇਗੇ? ਇੱਕ ਫੋਟੋਆਂ ਪਾਉਂਦੇ ਨੇ ਚਾਰ ਇੱਕ ਪਾਉਂਦੇ ਨੇਗੇ ਸੁਖਵੀਰ ਬਾਦਲ ਦੀ ਇੱਕ ਪਾਉਂਦੇ ਨੇ ਨਵਜੋਤ ਸਿੰਘ ਸਿੱਧੂ ਦੀ ਇੱਕ ਪਾਉਂਦੇ ਨੇ ਭਗਵੰਤ ਮਾਨ ਦੀ ਤਿੰਨ ਚਾਰ ਫੋਟੋਆਂ ਪਾਉਂਦੇ ਨੇਗੇ ਇਹਨਾਂ ਦੇ ਵਿੱਚੋਂ ਕੌਣ ਤੁਹਾਡਾ ਮੁੱਖ ਮੰਤਰੀ ਬਣੂਗਾ? ਏ ਬਣੂਗਾ ਬੀ ਬਣੂਗਾ ਸੀ ਬਣੂਗਾ ਡੀ ਬਣੂਗਾ ਇਹਨਾਂ ਚਾਰਾਂ ਪੰਜਾਂ ਦੇ ਨਾਂ ਆਉਂਦੇ ਨੇਗੇ ਇਹਨਾਂ ਦੇ ਵਿੱਚੋਂ ਕੌਣ ਸੀਐਮ ਬਣੂਗਾ? ਚਾਰਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਕੋਈ ਪੰਜਾਬ ਦਾ ਸੀਐਮ ਬਣਨ ਵਾਲਾ ਨਹੀਂ ਕੋਈ ਕੋਈ ਦਾਅਵੇਦਾਰ ਨਹੀਂ ਕੋਈ ਹੱਕਦਾਰ ਨਹੀਂ ਚਾਰੇ ਗਧੇ ਨੇਗੇ ਟੌਪ ਦੇ ਚਾਰੇ ਪੰਜੇ ਗਧੇ ਨੇਗੇ। ਅੱਜ ਸਾਨੂੰ ਪੰਜਾਬ ਦੇ ਵਿੱਚ ਕਿਹਦੀ ਲੋੜ ਆ? ਅੱਜ ਸਾਡੀ ਦਿੱਲੀ ਦੁਸ਼ਮਣ ਆ ਪੰਜਾਬ ਨੂੰ ਕੌਣ ਬਚਾ ਸਕਦਾ ਜਿਹੜਾ ਦਿੱਲੀ ਸਾਹਮਣੇ ਹਿੱਕ ਤਾੜ ਕੇ ਗੱਲ ਕਰੂਗਾ? ਕਿੰਨੇ ਸਾਲਾਂ ਤੋਂ ਸਾਡੇ ਜਿਹੜੇ ਸ਼ੁਰੂ ਤੋਂ ਲੈ ਕੇ ਸਾਡੇ ਦਿੱਲੀ ਨੇ ਹੱਕ ਦੱਬਦੀ ਆਈ ਹੈ ਪਾਣੀਆਂ ਦੇ ਹੱਕ ਜਿਹੜੀ 22 ਜੁਲਾਈ ਰਾਸ਼ਟਰ ਦੀ ਗੱਲ ਕਰਦਾ ਚੰਡੀਗੜ੍ਹ ਦੇ ਹੱਕ ਕਿੰਨੇ ਹੱਕ ਨੇ ਜਿਹੜੇ ਸਾਡੇ ਦਿੱਲੀ ਨੇ ਦੱਬੇ ਖੜੇ ਨੇਗੇ? ਦਿੱਲੀ ਸਾਹਮਣੇ ਹਿੱਕ ਤਾੜ ਕੇ ਕੌਣ ਗੱਲ ਕਰ ਸਕਦਾ? ਮੈਂ ਲੱਖੇ ਹਜ਼ਾਰਾਂ ਤਰੀਕ ਤੇ ਜਾਂਦਾ ਰਿਹਾ ਉੱਥੇ ਪੰਜ ਪੰਜ IPS ਅਫਸਰ ਬਹਿ ਜਾਂਦੇ ਨੇਗੇ ਪੰਜਾਂ ਦੇ ਮੂੰਹ ਮੋੜ ਕੇ ਆਉਂਦਾ ਰਿਹਾ 6 ਵਜੇ ਬਿਠਾ ਲੈਂਦੇ ਸੀ 7 ਵਜੇ ਬਿਠਾ ਲੈਂਦੇ ਸੀ ਸ਼ਾਮ ਨੂੰ 7 ਵਜੇ ਛੱਡਦੇ ਸੀਗੇ। ਅੱਜ ਸਾਨੂੰ ਉਹ ਬੰਦਾ ਦੀ ਲੋੜ ਆ ਪੰਜਾਬ ਦੇ ਵਿੱਚ ਜਿਹੜਾ ਦਿੱਲੀ ਦੇ ਸਾਹਮਣੇ ਹਿੱਕ ਤਾੜ ਕੇ ਗੱਲ ਕਰੇ। ਇਹ ਚਲੋ ਜਾਂਦੇ ਨੇ ਦਿੱਲੀ ਇਹਨਾਂ ਨੂੰ 20 ਰੁਪਏ ਦਾ ਫੁੱਲਾਂ ਦਾ ਸੜਾ ਜਿਹਾ ਬੁੱਕਾ ਫੜਾਉਂਦੇ ਨੇਗੇ ਮੁੱਲ ਦੇ ਫੁੱਲਾਂ ਦਾ ਬੁੱਕਾ ਇਹ ਗੋਡੀ ਡਿੱਗ ਪਏ ਨਵਜੋਤ ਸਿੰਘ ਸਿੱਧੂ ਵਰਗੇ ਸੁਖਵੀਰ ਬਾਦਲ ਵਰਗੇ ਆ ਹੁਣ ਗੱਲਾਂ ਕਰਦੇ ਨੇਗੇ ਵੀ ਅਸੀਂ ਬਿਜਲੀ ਮਾਫ਼ ਕਰ ਦਾਂਗੇ ਅਸੀਂ ਆ ਦੇਵਾਂਗੇ ਚਾਹੋ ਦੇਵਾਂਗੇ ਪਹਿਲਾਂ
ਕਿਹਾ ਕੀ ਪੰਜਾਬ ਨੂੰ ਦਿੱਤਾ ਯਾਰ ਮੈਂ ਗੱਲ ਕਹਿਣਾ ਚਾਹਣਾ ਵੀਰੋ ਗੱਲ ਤੁਹਾਡੇ ਅੱਗੇ ਆ ਜੇਕਰ ਤੁਸੀਂ ਆ ਜਿਹੜੇ ਜਿੰਨੀਆਂ ਵੀ ਹੁਣ 2022 ਆ ਰਹੀਆਂ ਵੋਟਾਂ ਆ ਰਹੀਆਂ ਨੇਗੀਆਂ ਮੈਂ ਕਹਿਣਾ ਜਿਵੇਂ ਮੇਰੇ ਭਰਾ ਨੇ ਛੋਟੇ ਨੇ ਕਿਹਾ ਨਾ ਬਈ ਛਿੱਤਰ ਖਿੱਚ ਲਓ ਜੇ ਪੰਜਾਬ ਨੂੰ ਬਚਾਉਣਾ ਹੈ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨਾ ਦਿਓ ਅੱਜ ਬੜੀਆਂ ਫੋਟੋਆਂ ਖਿਚਾ ਖਿਚਾ ਬੜੀਆਂ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਬੜੀਆਂ ਜੱਫੀਆਂ ਪਾ ਪਾ ਫੋਟੋਆਂ ਪਾਉਂਦੇ ਨੇ ਗਏ ਅੱਜ ਕਿਧਰੋਂ ਪੰਜਾਬ ਯਾਦ ਆ ਗਿਆ ਅੱਜ ਬੜੀਆਂ ਕਿਸਾਨਾਂ ਦੀਆਂ ਗੱਲਾਂ ਕਰਦੇ ਨੇ ਉਹ ਤਾਂ ਸੁਖਵੀਰ ਬਾਦਲ ਤਿੰਨਾਂ ਪਿਆਵਾਂ ਪੁੱਤਾਂ ਸੁਖਵੀਰ ਬਾਦਲ ਨੇ ਆਪਣੇ ਉਹਦੇ ਪਿਓ ਪ੍ਰਕਾਸ਼ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੇ ਵੀ ਜਿਹੜੇ ਬਿੱਲ ਨੇ ਬੜੇ ਤੁਹਾਡੇ ਪੱਖ ਦੇ ਨੇ ਇਹਦੇ ਨਾਲ ਪੰਜਾਬ ਬਚ ਜੂਗਾ ਹੁਣ ਫਿਰ ਕਿਧਰੋਂ ਹੁਣ ਤਾਂ ਹੁਣ ਤੋਂ ਕਿਵੇਂ ਗੋਟਾ ਨਿਕਲ ਗਿਆ ਹੁਣ ਕਿਵੇਂ ਭੱਜੇ ਫਿਰਦੇ ਨੇ ਲੋਕਾਂ ਮੂਹਰੇ ਪਾਰਲੀਮੈਂਟ ਤੇ ਮੂਹਰੇ ਪੱਲੀਆਂ ਚੱਕ ਕੇ ਖੜ ਜਾਂਦੇ ਨੇਗੇ ਸੁਖਵੀਰ ਬਾਦਲ ਕੋਲ ਜਦੋਂ ਕੋਈ ਗੱਲ ਨਹੀਂ ਹੁੰਦੀ ਹੁਣ ਸਭ ਤੋਂ ਪਹਿਲਾਂ ਬਿਆਨ ਇਹੀ ਹੁੰਦਾ ਵੀ ਸਭ ਤੋਂ ਪਹਿਲਾਂ ਵੀ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਉਹ ਖਾਰਜ ਹੋਣੇ ਚਾਹੀਦੇ ਨੇ ਜਦੋਂ 2022 ਦੇ ਵਿੱਚ ਸਰਕਾਰ ਬਣੂਗੀ ਤਾਂ ਅਸੀਂ ਤਿੰਨੇ ਕਾਲੇ ਕਾਨੂੰਨ ਖਾਰਜ ਕਰਾਂਗੇ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਗੱਲ ਯਾਦ ਰੱਖਿਓ ਇਹਨਾਂ ਤੋਂ ਕੋਈ ਝਾਕ ਨਾ ਕਰਿਓ ਇਹ ਤੁਹਾਡਾ ਪੰਜਾਬ ਦਾ ਕੁਝ ਨਹੀਂ ਕਰ ਸਕਦੇ ਪੰਜਾਬ ਨੂੰ ਅੱਜ ਲੋੜ ਹੈ ਸਭ ਤੋਂ ਪਹਿਲਾਂ ਸਾਡਾ ਅੰਦੋਲਨ ਹੈ ਅੰਦੋਲਨ ਜਿੱਤਣਾ ਬਹੁਤ ਜ਼ਰੂਰੀ ਹੈ ਅੰਦੋਲਨ ਤੋਂ ਬਾਅਦ ਇਹ ਗੱਲ ਯਾਦ ਰੱਖਿਓ ਪੰਜਾਬ ਦੇ ਵਿੱਚ ਬੜੇ ਪਹਿਲਾਂ ਵੀ ਬੀਬੀ ਖਾਲੜਾ ਵਰਗੀਆਂ ਆਈਆਂ ਨੇਗੀਆਂ ਜਿਨ੍ਹਾਂ ਨੇ ਪੰਜਾਬ ਦੇ ਲਈ ਬੜਾ ਕੁਝ ਕੀਤਾ ਪਰ ਉਹਨਾਂ ਨੇ ਲੋਕਾਂ ਨੂੰ ਉਹਨਾਂ ਨੇ ਵੋਟ ਨਹੀਂ ਪਾਈ ਆ ਉਹਨਾਂ ਦੇ ਪਿੱਛੇ ਲੱਗੇ ਰਹੇ ਹੋ ਆ ਸੁਖਵੀਰ ਬਾਦਲ ਵਰਗਿਆਂ ਪਿੱਛੇ ਲੱਗੇ ਰਹੇ ਹੋ ਆ ਕਾਂਗਰਸ ਦੇ ਪਿੱਛੇ ਲੱਗੇ ਰਹੇ ਹੋ ਚੰਗੇ ਲੋਕ ਪੰਜਾਬ ਦੇ ਵਿੱਚ ਆਉਣਗੇ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਪੰਜਾਬ ਦੇ ਲੇਖੇ ਲਾਈ ਆ ਪਰ ਇਹ ਯਾਦ ਰੱਖਿਓ ਉਹ ਲੋਕ ਉਦੋਂ ਹੀ ਆਉਣਗੇ ਇੰਨਾ ਮੰਗੂਣੀ ਵੀ ਪਹਿਲੇ ਹੀ ਲਾਂਗਰ ਚੱਕੀ ਫਿਰਦੇ ਨੇਗੇ ਪੰਜਾਬ ਨੂੰ ਸੁਧਾਰਨਾ ਬਹੁਤ ਜ਼ਰੂਰੀ ਆ ਹਮੇਸ਼ਾ ਇਹ ਪੰਜਾਬ ਨੂੰ ਵੇਚ ਕੇ ਆਉਂਦੇ ਰਹੇ ਨੇਗੇ ਜਿਵੇਂ ਪਹਿਲਾਂ ਪੰਜਾਬ ਨੂੰ ਵੇਚਿਆ ਬੀਏ ਦੀ ਹਿਸਟਰੀ ਚੱਕ ਕੇ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਸਾਫ਼ ਸਾਫ਼ ਹੈ ਵੀ ਜਿਹੜੇ ਇਹ ਪਟਿਆਲੇ ਵਾਲੇ ਰਾਜੇ ਸੀਗੇ ਇਹਨਾਂ ਨੇ ਸਮਝੌਤਾ ਕਰਕੇ ਆਪਣਾ ਰਾਜ ਬਚਾਉਣ ਦੇ ਮਾਰਾ ਨੇ ਆਪਣੇ ਮਹਿਲ ਮਨਾਰੇ ਬਚਾਉਣ ਦੇ ਮਾਰਾ ਨੇ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਂਦਾ ਸੀਗਾ ਇਹੀ ਗੱਲ ਇਹ ਕਰ ਰਹੇ ਨੇਗੇ ਇਹਨਾਂ ਨੂੰ ਤੁਹਾਡੇ ਤਿਕਰ ਕੋਈ ਨੀਗਾ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਵਿੱਚ ਸੁਖਵੀਰ ਬਾਦਲ ਦੀ ਅਰਬਾਂ ਕਰੋੜਾਂ ਦੀ ਪ੍ਰਾਪਰਟੀ ਆ ਸੋਸ਼ਲ ਮੀਡੀਆ ਤੇ ਅਰਬਾਂ ਕਰੋੜਾਂ ਰੁਪਇਆ ਹੁਣ ਖਰਚ ਕਰ ਰਿਹਾ ਸੁਖਵੀਰ ਬਾਦਲ ਪਤਾ ਨਹੀਂ ਵੀ ਮੈਂ ਪੰਜਾਬ ਦਾ ਕੋਈ ਬੜਾ ਵੱਡਾ ਹਿਤੈਸ਼ੀ ਆ ਤੁਹਾਡੇ ਇਹ ਪੰਜਾਬ ਨੂੰ ਵਿਕਦੇ ਰਹਿਣਗੇ ਤੁਸੀਂ ਓਨਾ ਟਾਈਮ ਤੁਸੀਂ ਮਰਦੇ ਰਹੋਗੇ ਤੁਹਾਡੇ ਸ਼ਹੀਦੀਆਂ ਪੈਂਦੀਆਂ ਰਹਿਣਗੀਆਂ ਇਹ ਤੁਹਾਡੇ ਪੰਜਾਬ ਨੂੰ ਜਿਵੇਂ ਅੰਗਰੇਜ਼ਾਂ ਦੇ ਅੱਗੇ ਵੇਚਿਆ ਸੀਗਾ ਇਹ ਤੁਹਾਡੇ ਪੰਜਾਬ ਨੂੰ ਵੇਚਦੇ ਰਹਿਣਗੇ ਤੁਹਾਡਾ ਉਹੀ ਹਾਲਾਤ ਰਹਿਣਗੇ ਅੱਜ ਪੰਜਾਬ ਨੂੰ ਕੀ ਲੋੜ ਆ ਪੰਜਾਬ ਨੂੰ ਅੱਜ ਲੋੜ ਆ ਪੰਜਾਬ ਦੀ ਖੇਤੀਬਾੜੀ ਢਾਂਚਾ ਬਦਲਣ ਦੀ ਸਿਸਟਮ ਬਦਲਣ ਦੀ ਅੱਜ ਪੰਜਾਬ ਦੇ ਵਿੱਚ ਦੋ ਫਸਲਾਂ ਨੇ ਕਣਕ ਤੇ ਝੋਨਾ 70-80 ਹਜ਼ਾਰ ਰੁਪਏ ਦੀ ਫਸਲ ਹੁੰਦੀ ਆ ਪੰਜਾਬ ਦੇ ਵਿੱਚ ਇਸ ਤੋਂ ਵੱਧ ਨਹੀਂ ਹੁੰਦੀ 150-150 ਫੁੱਟ ਤੇ ਸਾਡਾ ਪਾਣੀ ਚਲਾ ਗਿਆ 150-150 ਫੁੱਟ ਤੇ ਪਾਣੀ ਚਲੇ ਗਿਆ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕਰੀ ਸੀ ਮੈਂ ਹੁਣ ਵੀ ਗੱਲ ਕਰਾਂਗਾ ਮੈਂ ਪਰਚਾ ਹੀ ਮੇਰੇ ਤੋਂ ਤਾਂ ਦਰਜ ਹੋਇਆ ਸੀਗਾ ਕਹਿੰਦੇ ਵੀ ਇਹ ਨੌਜਵਾਨ ਖਸਖਸ ਦੀ ਖੇਤੀ ਦੀ ਗੱਲ ਕਰਦਾ ਮੈਂ ਖਸਖਸ ਦੀ ਖੇਤੀ ਦੀ ਗੱਲ ਨਹੀਂ ਕਰਦਾ ਮੈਂ ਭੁੱਕੀ ਫੀਮ ਦੀ ਕਲੀ ਦੀ ਗੱਲ ਨਹੀਂ ਕਰਦਾ ਮੈਂ ਗੱਲ ਕਰਦਾ ਜੀ ਪੰਜਾਬ ਦਾ ਖੇਤੀਬਾੜੀ ਢਾਂਚਾ ਸਿਸਟਮ ਬਦਲਣਾ ਚਾਹੀਦਾ ਆ ਜਿਹੜਾ ਨਵਜੋਤ ਸਿੰਘ ਸਿੱਧੂ ਗੱਲਾਂ ਕਰਦਾ ਵੀ ਪੰਜਾਬ ਦੇ ਵਿੱਚ ਮੈਂ 5 ਪਿੰਡਾਂ ਦਾ ਕੋਲਡ ਸਟੋਰ ਬਣਾਊਂਗਾ 3 ਪਿੰਡਾਂ ਦਾ ਕੋਲਡ ਸਟੋਰ ਬਣਾਉਣਾ ਕੁਛ ਨਹੀਂ ਜਦੋਂ ਅਸੀਂ ਆਲੂ ਬੀਜਦਾ ਉਹ 3 ਰੁਪਏ ਸਾਡਾ ਵਿਕਦਾ ਸਾਡੀ ਕਣਕ ਝੋਨਾ ਤੁਹਾਨੂੰ ਪਤਾ ਵੀ ਕਿੰਨੇ ਕੀ ਰੇਟ ਵਿਕਦਾ ਪੰਜਾਬ ਦੇ ਵਿੱਚ ਖੇਤੀਬਾੜੀ ਢਾਂਚਾ ਸਿਸਟਮ ਬਦਲਣ ਦੀ ਲੋੜ ਆ ਜਿਹੜੀਆਂ ਗੱਲਾਂ ਕਰੀਆਂ 3 ਰੁਪਏ ਜੁੱਟ 5 ਰੁਪਏ ਜੁੱਟ ਇਹ ਸਾਰੇ ਬਕਵਾਸ ਨੇਗੇ ਇਹਨਾਂ ਕਿਸੇ ਗੱਲਾਂ ਤੇ ਯਕੀਨ ਨਾ ਕਰਿਓ ਪੰਜਾਬ ਦੇ ਵਿੱਚ ਮੁੱਖ ਮੰਗ ਮੇਰੀ ਤਾਂ ਇਹੀ ਆ ਮੈਂ 22 ਲੱਖ ਨੂੰ ਵੀ ਕਹਿਣਾ ਉਹਨਾਂ ਪਰ ਕਹਿੰਦਾ ਥੋੜਾ ਠੰਡਾ ਰਿਹਾ ਕਰ ਮੈਂ ਕਿਹਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਖਸਖਸ ਦੀ ਖੇਤੀ ਵੀ ਕਰਾਵਾਂਗੇ ਇਹ ਕੀ ਆ ਇਹਦੇ ਲਾਹੇ ਕੀ ਨੇਗੇ ਇਹਦੇ ਫਾਇਦੇ ਕੀ ਨੇ ਤੁਹਾਨੂੰ ਸਭ ਨੂੰ ਪਤਾ ਹੀ ਆ ਅੱਜ ਸਾਡੇ ਨੌਜਵਾਨ ਚਿੱਟੇ ਦੇ ਟੀਕੇ ਲਾਈ ਜਾਂਦੇ ਨੇਗੇ ਹਰ ਇੱਕ ਪਿੰਡ ਦੇ ਵਿੱਚ 2-3 ਠੇਕੇ ਖੋਲ੍ਹੇ ਪਏ ਨੇ ਸ਼ਰਾਬ ਦੇ 15-20 ਰੁਪਏ ਦੀ ਬੋਤਲ ਸ਼ਰਾਬ ਦੀ ਤਿਆਰ ਹੁੰਦੀ ਹੈ ਫੈਕਟਰੀਆਂ ਕਿਤੇ ਨੇ ਉਹ ਸ਼ਰਾਬ ਦੀਆਂ ਲੀਡਰਾਂ ਦੀਆਂ ਫੈਕਟਰੀਆਂ ਨੇਗੀਆਂ ਤੁਹਾਡੀ ਕਿਸੇ ਕਿਸਾਨ ਦੀ ਫੈਕਟਰੀ ਹੈਗੀ ਹੈ ਜੇ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੁੰਦੀ ਹੈ ਪੰਜਾਬ ਦੇ ਵਿੱਚ ਜਿਹੜੀ ਅਫੀਮ ਹੈ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਵੀ ਅਫੀਮ ਹੈ ਸਾਰੀਆਂ ਜਿਹੜੀਆਂ ਦਵਾਈਆਂ ਨੇਗੀਆਂ ਸਾਰੀ ਮੈਡੀਸਨ ਦੇ ਵਿੱਚ ਵਰਤੋਂ ਹੁੰਦੀ ਹੈ ਅਫੀਮ ਦੀ ਅੱਜ ਕੈਮੀਕਲ ਜਿਹੜੇ ਸਾਰੇ ਪੰਜਾਬ ਦੇ ਵਿੱਚ ਚੱਲੇ ਹੋਏ ਨੇਗੇ ਜੇਕਰ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੁੰਦਾ 4-5 ਲੱਖ ਰੁਪਏ ਦੀ ਆਮਦਨ ਹੈ 6 ਮਹੀਨਿਆਂ ਦੀ ਜਿਹੜੀ ਕਿਸਾਨ ਦੀ ਹੋਊਗੀ ਫੈਕਟਰੀਆਂ ਇਹਨਾਂ ਦੀਆਂ ਰਹਿ ਗਈਆਂ ਜੇਕਰ ਖਸਖਸ ਹੋਊਗੀ ਤਾਂ ਸਿੱਧਾ ਕਿਸਾਨ ਨੂੰ ਫਾਇਦਾ ਹੋਊਗਾ ਸ਼ਰਾਬ ਦਾ ਫਾਇਦਾ ਹੁੰਦਾ ਇਹਨਾਂ ਨੂੰ ਲੀਡਰਾਂ ਨੂੰ ਸਭ ਤੋਂ ਵੱਡਾ ਕਾਰੋਬਾਰ ਇਸ ਟਾਈਮ ਪੰਜਾਬ ਦੇ ਵਿੱਚ ਆਮਦਨ ਦਾ ਹੈਗਾ ਚਿੱਟਾ ਦਾ ਨਸ਼ਾ ਚਿੱਟਾ ਕੌਣ ਲੈ ਕੇ ਵਿਕਾ ਰਿਹਾ ਹੈ ਲੀਡਰ ਲੈ ਕੇ ਵਿਕਾ ਰਹੇ ਨੇਗੇ ਪੁਲਿਸ ਕਿਹਦੇ ਅੰਡਰ ਹੈ ਲੀਡਰਾਂ ਦੇ ਅੰਡਰ ਹੈ ਕੈਪਟਨ ਦੇ ਅੰਡਰ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸ਼ਹਿਰ ਦੇ ਵਿੱਚ ਚਿੱਟਾ ਆਟੇ ਵਾਂਗੂ ਵਿਕਦਾ ਜਿੱਥੋਂ ਮਰਜ਼ੀ ਲੈ ਲਓ ਜਿੱਥੋਂ ਮਰਜ਼ੀ ਲੈ ਲਓ ਜੇ ਕੋਈ ਇਹੋ ਜਿਹੀ ਗੱਲਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਪੰਜਾਬ ਦੇ ਵਿੱਚ ਬਦਲਾਅ ਆਉਣਾ ਚਾਹੀਦਾ ਫਿਰ ਚੱਕ ਕੇ ਪਰਚੇ ਦਰਜ ਕੀਤੇ ਜਾਂਦੇ ਨੇਗੇ
ਇਹ ਗੱਲਾਂ ਨੂੰ ਜਾਗਣ ਦੀ ਲੋੜ ਹੈ। ਪਹਿਲਾਂ ਵੀ ਅਸੀਂ ਖਾਸ ਖਾਸ ਬੀਜੀ ਸੀਗੀ, ਹੁਣ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਲੋਕਾਂ ਦਾ ਸਾਥ ਰਿਹਾ ਅਸੀਂ ਖਾਸ ਖਾਸ ਦੀ ਖੇਤੀ ਕਰਾਂਗੇ। ਚਾਹੇ ਨਵਜੋਤ ਸਿੰਘ ਸਿੱਧੂ ਆ ਜਾਏ, ਨਵਜੋਤ ਸਿੰਘ ਸਿੱਧੂ ਦਾ ਪਿਓ ਦਾ ਪੰਜਾਬ ਨਹੀਂ ਹੈਗਾ, ਚਾਹੇ ਬਾਦਲ ਆ ਜਾਣ, ਨਾ ਇਹਨਾਂ ਤੋਂ ਪਹਿਲਾਂ ਡਰਿਆ, ਜੋ ਮਰਜ਼ੀ ਆ ਜਾਣ, ਇਹਨਾਂ ਤਾਂ ਮੈਂ ਗਧੇ ਸਮਝਦਾ। ਇਹ ਗਧੇ ਨੇ ਮੇਰੀ ਨਿਗਾਹ ਦੇ ਵਿੱਚ, ਨਾ ਅਸੀਂ ਇਹਨਾਂ ਦੇ ਕਿਤੇ ਪ੍ਰੈਸ਼ਰ ਹੇਠ ਆਈਏ, ਨਾ ਅਸੀਂ ਆ ਜਿਹੜੇ MLA ਜਿਹੜੇ ਖੜੇ ਜੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਕਰਦਾ ਨਹੀਂ, ਪਿੰਡ 'ਚ 15-15, 20-20 MLA ਚੱਕੀ ਫਿਰ ਗਨਮੈਨ ਚੱਕੀ ਫਿਰਦੇ ਨੇਗੇ। ਇੱਕ MLA 20-25 ਗਨਮੈਨ ਨੇ, ਬਾਈ ਲੱਖੇ ਹਜ਼ਾਰਾਂ ਦੱਸੀ ਕਹਿੰਦਾ ਇੱਕ ਇੱਕ ਮੰਤਰੀ ਕੋਲ 70 ਗਨਮੈਨ ਨੇਗੇ। 70 ਗਨਮੈਨਾਂ ਦਾ ਖਰਚਾ ਦੇਖ ਲਓ ਕਿੰਨਾ ਹੈ, 50-50 ਲੱਖ ਰੁਪਇਆ ਦਾ ਤਨਖਾਹ ਉਹਨਾਂ ਦੀ ਬਣ ਗਈ ਗਨਮੈਨਾਂ ਦੀ। ਇਹਨਾਂ ਨੂੰ ਕੋਈ ਪੁੱਛਦਾ ਨਹੀਂ, ਕਹਿੰਦੇ ਨੇ ਝੜਮ ਜਿਹੜੇ ਚੱਕ ਕੇ ਇੱਥੇ ਆ ਜਾਂਦੇ ਨੇ MLA ਜੇ ਹੈ ਨਾ ਗਨਮੈਨ, ਇਹਨਾਂ ਨੂੰ ਭਤਾਉਣ ਤੋਂ ਫੜ ਕੇ ਪੁਲਿਸ ਲੋਕ, ਇਹ ਤਾਂ ਕੋਈ ਡਰਨ ਦੀ ਲੋੜ ਨਹੀਂ, ਤੁਹਾਡਾ ਪੰਜਾਬ ਦਾ ਕੱਖ ਨਹੀਂ ਕੀਤਾ, ਕੁਛ ਨਹੀਂ ਹੁੰਦਾ, ਕੱਪੜੇ ਕੁੱਪੜੇ ਪਾੜ ਦਿਆ ਕਰੋ, ਚੱਲਣ ਦੇ ਕੰਮ ਨੂੰ ਯਾਰ, ਕੀਤਾ ਕੀ ਆ ਪੰਜਾਬ ਦਾ ਯਾਰ। ਇਹਨਾਂ ਨੂੰ ਇਹ ਪੁੱਛੋ ਵੀ ਤੁਹਾਡੇ ਜਿਹੜੇ ਅਕਾਲੀ ਦਲ ਵਾਲੇ ਆਉਂਦੇ ਨੇ ਵੀ ਤੁਹਾਡੇ ਸੁਖਵੀਰ ਬਾਦਲ ਨੇ, ਤੁਸੀਂ ਤਾਂ ਤੁਹਾਨੂੰ ਤਾਂ ਵੋਟਾਂ ਪਾ ਦਾਂਗੇ, ਵੀ ਤੁਸੀਂ ਵੋਟ ਜਿਹੜੀ ਤੁਹਾਨੂੰ ਵੋਟ ਤਾਂ ਜਿਤਾਵਾਂਗੇ ਅਸੀਂ, ਤੁਸੀਂ ਵੋਟ ਗਾਹਾਂ ਕਿਹਨੂੰ ਜਾ ਕੇ ਦੇਣੀ ਆ। ਇਹ ਜਿਹੜੇ MLA ਨੇ ਇਹਨਾਂ ਦੇ ਆ ਕੇ ਬੜੇ ਚੰਗੇ ਬਣਦੇ ਨੇ, ਇੱਥੇ ਬੜੇ ਦੁੱਖਾਂ ਭੋਗਾਂ ਦੇ ਵਿੱਚ ਆਉਂਦੇ ਨੇ, ਵੀ ਤੁਸੀਂ ਗਾਹਾਂ ਜਾ ਕੇ ਉਹ ਬਾਦਲਾਂ ਨੂੰ ਵੋਟ ਦੇਣੀ ਆ ਜਿਨ੍ਹਾਂ ਨੇ ਕਾਲੇ ਇਸ ਕਾਨੂੰਨਾਂ ਦੇ ਇਸ ਬਿੱਲਾਂ ਦੇ ਸਾਈਨ ਕੀਤੇ ਨੇਗੇ। ਤੁਸੀਂ ਉਹੀ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਨੂੰ ਜਾ ਕੇ ਵੋਟ ਦੇਣੀ ਆ ਜਦੋਂ ਤੁਸੀਂ MLA ਜਿੱਤ ਜਾਓਗੇ। ਜਿਹੜਾ ਨਵਜੋਤ ਸਿੰਘ ਸਿੱਧੂ ਨੈਸ਼ਨਲ ਕਾਂਗਰਸ ਜਿਹੜੀ ਪਾਰਟੀ ਹੈ ਉਹਨੂੰ ਜਾ ਕੇ ਵੋਟ ਦੇਣੀ ਹੈ, ਇਹ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਇੰਨੀ ਕੁ ਗੱਲ ਧਿਆਨ 'ਚ ਬਿਠਾ ਲਿਓ, ਜੇ ਤੁਸੀਂ ਇਹ 2022 'ਚ ਬਦਲਾਅ ਨਾ ਲਿਆਤਾ ਤਾਂ ਤੁਹਾਡੇ ਐਵੇਂ ਜੇ ਗੁਰਸਿੱਤਰ ਪੈਂਦੇ ਰਹਿਣਗੇ। ਇਹ ਚੱਲੇ ਹੋਏ ਕਾਰਤੂਸ ਨੇਗੇ, ਚੱਲੇ ਹੋਏ ਕਾਰਤੂਸ ਕਦੇ ਦੁਸ਼ਮਣ ਨੂੰ ਨਹੀਂ ਮਾਰ ਸਕਦੇ, ਇਹ ਚੱਲੇ ਹੋਏ ਕਾਰਤੂਸ ਨੇਗੇ। ਸਾਨੂੰ ਲੋੜ ਹੈ ਐਨ ਚੰਗੇ ਵਧੀਆ ਕਾਰਤੂਸਾਂ ਦੀ, ਜਿਹੜੇ ਦਿੱਲੀ ਮੂਹਰੇ ਜਾ ਕੇ ਹਿੱਕ ਤਾਣ ਕੇ ਖੜਨ, ਦਿੱਲੀ ਨੂੰ ਐਨ ਹਿੱਕ ਠੋਕਵਾਂ ਜਵਾਬ ਦੇਣ, ਜਿਹੜੇ ਦਿੱਲੀ ਮੂਹਰੇ ਧਾਉਣ ਨਾ ਝੁਕਾਉਣ। ਇਹ ਸਾਰੇ ਡਰਾਮੇ ਕਰਦੇ ਨੇ, ਡਰਾਮੇ ਤੋਂ ਬਚ ਕੇ ਰਹੋ, ਠੀਕ ਹੈ। ਇਹ ਗਧੇ ਨੇਗੇ ਸਾਰੇ, ਇਹਨਾਂ ਨੇ ਪੰਜਾਬ ਨੂੰ ਵੇਚਿਆ, ਇੰਨੀਆਂ ਗੱਲਾਂ ਨੇਗੀਆਂ, ਆਪਾਂ ਡਾਇਰੈਕਟ ਹੀ ਚੱਲਦੇ ਹਾਂ, ਨਾ ਕਿਤੇ ਡਰਿਆ ਨਾ ਡਰਨਾ। ਤੇ 22 ਲੱਖੇ ਵਰਗੇ ਸਾਰੇ ਸਾਡੇ ਸਾਰੀ ਟੀਮ ਆਈ ਹੈ, ਤੇ 22 ਲੱਖੇ ਦਾ ਤੁਹਾਨੂੰ ਹੁਣ ਮੈਂ ਕੀ ਜ਼ਿਕਰ ਕਰਾਂ, ਇਹਨੂੰ ਸਭ ਨੂੰ ਪਤਾ ਹੀ ਹੈ ਵੀ ਸਭ ਤੋਂ ਵੱਧ ਦਿੱਲੀ ਦੇ ਵਿੱਚ ਹਰਾਸਮੈਂਟ ਦਿੱਲੀ ਪੁਲਿਸ ਨੇ, ਦਿੱਲੀ ਸਭ ਤੋਂ ਵੱਧ ਹਰਾਸਮੈਂਟ ਇਹਨੂੰ ਕੀਤਾ, ਅੱਜ ਤੱਕ ਜ਼ਮਾਨਤ ਨਹੀਂ ਦਿੱਤੀ। ਤੇ 9 ਤਰੀਕ ਦੇ ਪਾਦੀ ਕਿੰਨੀ ਪਾਦੀ, ਹੁਣ 23 ਤਰੀਕ ਪਾਦੀ, ਸਾਡਾ ਇਹ ਸੀਗਾ ਵੀ ਦਿੱਲੀ ਨੂੰ ਅਸੀਂ ਘੱਟੋ ਘੱਟ 5-4 ਹਜ਼ਾਰ ਗੱਡੀ ਦਾ ਕਾਫਲਾ ਲੈ ਕੇ ਜਾਵਾਂਗੇ, ਹੈ ਨਾ। ਤਰੀਕਾਂ ਵਧਾਈ ਤੁਰ ਜਾਂਦੇ ਨੇ, ਪਤਾ ਵੀ ਇਹ ਆ ਕੇ ਦਿੱਲੀ ਦੇ ਵਿੱਚ ਉਹੀ ਫਿਰ ਧਾਉਣ ਦੇ ਗੋਡਾ ਧਰਨਗੇ। ਇਹ ਸਾਰੀਆਂ ਗੱਲਾਂ ਨੇਗੀਆਂ, ਇੰਨੀਆਂ ਗੱਲਾਂ ਦੇ ਜਾਗਰੂਕ ਰਹੋ, ਜੇ ਕਿਸੇ ਦੀ ਕੋਈ ਗੱਲ ਬੁਰੀ ਲੱਗੀ ਹੋਈ ਤਾਂ ਮਾਫ਼ ਕਰ ਦੇਣਾ। ਤੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਨਾ ਸਿੱਧੂ।